ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਦਲਿਤ ਅਸੀਂ ਕਿਹਾ ਚੰਗੀ ਗੱਲ ਬਹੁਤ ਅੱਛੀ ਗੱਲ ਹੁਣ ਇਹਨਾਂ ਦੇ ਢਿੱਡ ਦੇ ਵਿੱਚ ਸਭ ਤੋਂ ਵੱਧ ਤਕਲੀਫ ਇਸ ਗੱਲ ਦੀ ਹੈ ਕਿ ਸਿੱਧੂ ਸਾਹਿਬ ਜੀ ਕਿ ਇਹ ਕਿਵੇਂ ਬਣ ਗਿਆ ਅਤੇ ਮੈਂ ਕਿਉਂ ਨਹੀਂ ਬਣਿਆ ਅਤੇ ਮੇਰਾ ਅੱਗੇ ਵਾਸਤੇ ਰਸਤਾ ਬੰਦ ਹੋ ਇਸ ਲਈ ਇਹ ਤਕਲੀਫ ਤਾਂ ਸਾਰੀ ਇਸ ਗੱਲ ਦੀ ਇਹ ਕੋਈ ਲੋਕਾਂ ਦਾ ਮਸਲਾ ਨਹੀਂ ਹੈ ਲੋਕ ਤਾਂ ਬਹੁਤ ਤਰ੍ਹਾਂ ਤਰ੍ਹਾਂ ਕਰ ਰਹੇ ਆ ਕਿਉਂਕਿ ਡੇਢ ਮਹੀਨਾ ਕੋਰਟ ਚਲਾ ਗਿਆ ਇੱਕ ਵੀ ਵਾਅਦਾ ਜਨਤਾ ਦਾ ਇਹਨਾਂ ਦੇ ਪਰ ਹੁਣ ਸਿੱਧੇ ਤੌਰ ਤੇ ਤਾਂ ਕੁਛ ਕਹਿ ਨਹੀਂ ਸਕਦੇ ਇਸ ਕਰਕੇ ਇਹ ਜਿਹੜੀ ਸਾਰੀ ਤਕਲੀਫ ਆ ਸਾਰੀ ਦੁਨੀਆਂ ਨੂੰ ਪਤਾ ਕਿ ਇਹ ਹਜਮ ਨਹੀਂ ਹੋ ਰਿਹਾ ਕਿ ਜਗਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਿਆ ਤੇ ਮੈਂ ਰਹਿ ਗਿਆ ਇਸ ਕਰਕੇ ਹੁਣ ਭਾਵੇਂ ਸਾਰਾ ਕੁਛ ਉਹਨੂੰ ਨਸ਼ਟ ਕਰਨਾ ਪਵੇ ਆਪਣੀ ਅੜੀ ਦਾ ਤੁਹਾਨੂੰ ਪਤਾ ਉਹਦਾ ਜੋਰ ਦਾ ਹੈਗਾ ਇਹ ਹੁਣ ਬੇੜਾ ਗਰਕ ਕਰਨਗੇ ਇਹਦਾ ਨੁਕਸਾਨ ਜਿਹੜਾ ਪੰਜਾਬ ਦੀ ਮਨਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਾਂਗਰਸ ਹਾਈ ਕਮਾਨ ਦੇ ਵੱਲੋਂ ਕਹਿੰਦੇ ਕੀਤੀਆਂ ਜਾ ਰਹੀਆਂ ਅਸਤੀਫਾ ਫਿਲਹਾਲ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਦੇਖੋ ਮਨਾਉਣਾ ਤੇ ਉਹਨੇ ਇੱਕੋ ਗਲਤੀ ਮੰਨਣਾ ਹੁਣ ਚੰਨੀ ਜੀ ਨੂੰ ਨਾ ਕਹਿਣ ਹੁਣੇ ਸਮੂਹ ਚੁਕਾ ਦੇਣ ਤੇ ਪੈਦਲ ਹੀ ਭੱਜਿਆ ਕੋਈ ਤਕਲੀਫ ਨਹੀਂ ਦੇਖੋ ਗੱਲ ਦੀ ਸਾਰਿਆਂ ਦੀ ਨੀਅਤ ਉੱਥੇ ਆ ਕੇ ਫਸੀ ਕੰਮ ਧੱਗੇ ਦਾ ਜਿਹੜੇ ਮਹਿਕਮੇ ਆ ਉਹਦਾ ਝਗੜਾ ਤੇ ਲੜਾਈ ਵਾਲਾ ਮਹਿਕਮਾ ਇਸ ਕਰਕੇ ਮੰਨਣ ਮਨਾਉਣ ਦਾ ਤਾਂ ਕੋਈ ਰੌਲਾ ਨਹੀਂ ਸਮੂਹ ਚੁਕਾ ਦਿਓ ਸਾਰੇ ਬੰਦੇ ਕੀ ਹੁਣ ਕਾਂਗਰਸ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਪ੍ਰਧਾਨ ਬਦਲ ਦੇਣਾ ਚਾਹੀਦਾ ਜਾਂ ਇਹੀ ਰੱਖਣਾ ਚਾਹੀਦਾ ਦੇਖੋ ਹੁਣ ਮੈਂ ਤਾਂ ਇਹ ਬੇਨਤੀ ਕਰਦਾ ਕਿ ਫੈਸਲਾ ਲੈਣਾ ਚਾਹੀਦਾ ਕਿ ਅਸੈਂਬਲੀ ਡਾਲ ਹੋਵੇ ਆਹ ਜਿਹੜੀ ਬਲੈਕਮੇਲਿੰਗ ਹੋ ਰਹੀ ਹੈ ਇਹਦੇ ਨਾਲ ਪੰਜਾਬ ਦੀ ਜਨਤਾ ਦਾ ਬਹੁਤ ਨੁਕਸਾਨ ਨਾ ਹੋਵੇ ਲੋਕਾਂ ਦੀ ਮਰਜ਼ੀ ਦੀ ਫਿਰ ਸਰਕਾਰ ਬਣੇ ਤੇ ਲੋਕਾਂ ਦੀ ਕਿਵੇਂ ਦੇਖਦੇ ਹੋ ਕੈਪਟਨ ਸਾਹਿਬ ਤੇ ਸਿੱਧੇ ਹੋ ਗਏ ਨੇ ਇਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਸਿੱਧਾ ਨਿਸ਼ਾਨਾ ਸਾਧ ਦੇ ਨੇ ਕਿਵੇਂ ਦੇਖਦੇ ਹੋ ਮੌਜੂਦਾ ਸਥਿਤੀ ਮੈਨੂੰ ਦੁੱਖ ਇਸ ਗੱਲ ਦਾ ਕਿ 4.5 ਸਾਲ ਜਨਤਾ ਨੇ ਇਹਨਾਂ ਦੇ ਵਿਰੋਧ ਦਾ ਸੰਤਾਪ ਪੈਦਾ ਹੋ ਗਿਆ ਮੈਂ ਕੈਪਟਨ ਸਾਹਿਬ ਲੋਕਾਂ ਨੇ ਇੰਨੀ ਵੱਡੀ ਦਿੱਤੀ ਸੀ ਇਹਨਾਂ ਦੀਆਂ ਕਸਮਾਂ ਦੇ ਵਿੱਚ ਆ ਕੇ ਸਾਡਾ ਹੁਣ ਕਾਂਗਰਸ ਜਨਤਾ ਦੇ ਨਾਲ ਧੋਖਾ ਹੋਇਆ ਜਨਤਾ ਇਹਨਾਂ ਨੂੰ ਇਹਨਾਂ ਦੀ ਸਹੀ ਸਜ਼ਾ ਸੀਮਾ ਸਾਹਿਬ ਲਾਸਟ ਸਵਾਲ ਹੈ ਕਿਵੇਂ ਦੇਖਦੇ ਹੋ ਕਾਂਗਰਸ ਦਾ ਮੌਜੂਦਾ ਗ੍ਰਾਫ ਕਿਵੇਂ ਦੇਖਦੇ ਹੋ ਗ੍ਰਾਫ ਤੇ ਕਦ ਜਿਹੜੀ ਪਾਰਟੀ ਦੇ ਨੈਸ਼ਨਲ ਪ੍ਰਧਾਨ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਰਾਹੁਲ ਗਾਂਧੀ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੋਨੀਆ ਗਾਂਧੀ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਘੰਟੇ ਘੰਟੇ ਬਾਅਦ ਜਿਹਨੂੰ ਫੈਸਲੇ ਬਦਲਣੇ ਪੈਂਦੇ ਇਹ ਇਸ ਤੋਂ ਵੱਧ ਸਾਡੀ ਹਲਚਲ ਕਿਉਂਕਿ ਪਾਰਟੀ ਡੇਟ ਕਰਨ ਦੇ ਕਾਬਲ ਨਹੀਂ ਰਹੀ ਗੱਲਬਾਤ ਹੋਈ ਹੈ ਚੀਮਾ ਸਾਹਿਬ ਦੇ ਨਾਲ ਉਹਨਾਂ ਨੇ ਸਪਸ਼ਟ ਕੀਤਾ ਕਿ ਵੀ ਪਹਿਲ ਦੇ ਆਧਾਰ ਤੇ ਅੱਜ ਜਿਹੜਾ ਉਹਨਾਂ ਦਾ ਮੇਨ ਮੋਟਿਵ ਹੈਗਾ ਉਹ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਤੇ ਨਾਲ ਹੀ ਉਹ ਸੀਐਮ ਹਾਊਸ ਦਾ ਘਿਰਾਓ ਕਰਨ ਦੇ ਲਈ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣਗੇ ਤੇ ਨਾਲ ਹੀ ਟਿੱਪਣੀਆਂ ਕੀਤੀਆਂ ਨੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਪੰਜਾਬ ਕਾਂਗਰਸ ਦੀ ਜਾਂ ਪੰਜਾਬ ਕਾਂਗਰਸ ਹਾਈ ਜਾਂ ਕਾਂਗਰਸ ਹਾਈ ਕਮਾਨ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਸਭ ਕੁਝ ਖਿੰਡ ਖੁੰਡ ਚੁੱਕਿਆ ਕੋਈ ਵੀ ਏਕਾ ਨਹੀਂ ਹੈ ਇਸ ਗੱਲ ਦਾ ਉਹਨਾਂ ਨੇ ਜ਼ਿਕਰ ਕੀਤਾ ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਅਮਿਤ ਕੁਮਾਰ